ਉਹ ਜ਼ੋਰ ਦੇ ਨਾਲ ਨਾਲ ਇੱਕ ਚੀਜ਼ ਮੇਰੇ 'ਚ ਹੋਰ ਆਈ ਅਤੇ ਉਹ ਆ ਹੰਕਾਰ। ਉਹਨਾਂ ਬੰਦਿਆਂ ਨਾਲ ਘੁੰਮਣਾ ਫਿਰਨਾ ਸਟਾਰਟ ਕਰਤਾ ਜਿਨ੍ਹਾਂ 'ਤੇ ਦਸ ਦਸ ਬਾਰਾਂ ਬਾਰਾਂ ਪਰਚੇ ਸੀਗੇ। ਮੇਰੇ ਹੱਥ 'ਚ ਖੰਡਾ ਸੀਗਾ, ਦਾਖੇ ਗਰਾਊਂਡ ਕੋਲ ਖੜ੍ਹੇ ਸੀਗੇ ਅਤੇ ਮੇਰੀਆਂ ਲੱਤਾਂ ਕੰਬ ਰਹੀਆਂ ਸੀਗੀਆਂ, ਪਰ ਵੀ ਮੈਨੂੰ ਗੋਲੀ ਮਾਰ ਕੇ ਸਿੱਟ ਜਾਵੇ ਜਾਂ ਮੈਂ ਕਿਸੇ ਜੇਲ੍ਹ 'ਚ ਡੱਕਿਆ ਜਾਵਾਂ ਸਾਰੀ ਉਮਰ ਲਈ। ਉਹ ਦਿਨ ਆਇਆ ਜਦੋਂ ਕਿ ਚੜ੍ਹਦਾ ਚੜ੍ਹਦਾ ਸਾਰਾ ਕੰਮ ਥੱਲੇ ਆ ਗਿਆ। ਇੱਕੋ ਦਮ ਮੈਂ ਕਰਜ਼ਾ ਉਦੋਂ ਲਿਆ ਹੋਇਆ ਸੀ ਬੈਂਕਾਂ ਤੋਂ ਅਤੇ ਕਈ ਪੈਸੇ ਲੋਕਾਂ ਤੋਂ ਫੜੇ ਹੋਏ ਸੀ ਅਤੇ ਉਹ ਸਾਰੇ ਲੋਕ ਦਰਾਂ 'ਚ। ਬਾਹਰ ਕਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਵੀ ਮੈਨੂੰ ਬਹੁਤ ਕਲਾਇੰਟ ਜੁੜੇ ਅਤੇ ਸਪੋਂਸਰਸ਼ਿਪ ਐਡਾਂ ਵੀ ਆਉਣ ਲੱਗ ਗਈਆਂ, ਪ੍ਰਮੋਸ਼ਨਾਂ ਜਿਹੜੀਆਂ। ਜਿੰਨੀ ਕੁ ਮੇਰੀ ਤਨਖਾਹ ਸੀਗੀ ਕੰਪਨੀ 'ਚ ਉਹ ਤੋਂ ਦੁੱਗਣੇ ਮੈਂ ਹੁਣ ਸਿਰਫ ਇੱਕ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਬਲਪ੍ਰੀਤ ਸਿੱਖ ਹਾਂ, ਸਰਟੀਫਾਈਡ ਫਿਟਨੈਸ ਟ੍ਰੇਨਰ ਐਂਡ ਸਪੋਰਟਸ ਨਿਊਟ੍ਰੀਸ਼ਨਿਸਟ ਅਤੇ ਮੇਰੀ ਉਮਰ ਆ 24 ਸਾਲ ਅਤੇ ਮੈਂ ਕਬੀਲਦਾਰ ਹਾਂ, ਉਹ ਵੀ ਕੁਵਾਰਾ। 10ਵੀਂ ਕਲਾਸ ਤੱਕ ਤਾਂ ਮੇਰੀ ਜ਼ਿੰਦਗੀ ਸੀਗੀ ਕਿ ਮੈਂ ਬਹੁਤ ਪਤਲਾ ਜਿਹਾ ਹੁੰਦਾ ਸੀਗਾ ਅਤੇ ਬਹੁਤ ਲੋਕਾਂ ਨੇ ਮੈਨੂੰ ਚੜਾਉਣਾ ਵੀ, ਥੋੜ੍ਹੀ ਜਿਹੀ ਹਵਾ ਵੀ ਕਰਨੀ ਵੀ ਹਾਂ ਇਹ ਤੋਂ ਕਿਹੜਾ ਕੁਛ ਹੋਣਾ। ਫਾਈਨੈਂਸ਼ਲੀ ਵੀ ਉਸ ਟਾਈਮ ਸਹੀ ਨਹੀਂ ਸੀਗੀ ਜਿਹੜੀ ਕੰਡੀਸ਼ਨ ਸੀਗੀ ਅਤੇ 11ਵੀਂ ਕਲਾਸ 'ਚ ਮੈਂ ਲੱਗ ਗਿਆ ਜਿੰਮ। ਜਿੰਮ ਲੱਗਣ ਤੋਂ ਬਾਅਦ ਮੈਂ 1 ਸਾਲ ਠੋਕ ਕੇ ਲਈ ਜਿੰਮ, ਉਦੋਂ ਬਾਅਦ ਫਿਰ ਆ ਗਿਆ ਥੋੜ੍ਹਾ ਜਿਹਾ ਜ਼ੋਰ ਆ ਗਿਆ। ਚਲੋ ਖੁਰਾਕ ਜਿੰਨੀ ਸੀ ਖਾਂਦੇ ਗਏ, ਪਰ ਉਹ ਜ਼ੋਰ ਦੇ ਨਾਲ ਨਾਲ ਇੱਕ ਚੀਜ਼ ਮੇਰੇ 'ਚ ਹੋਰ ਆਈ ਅਤੇ ਉਹ ਆ ਹੰਕਾਰ। ਮੈਂ ਉਸ ਟਾਈਮ ਇਹ ਸੋਚਣ ਲੱਗ ਗਿਆ ਵੀ ਜਿਨ੍ਹਾਂ ਨੇ ਮੇਰੇ 'ਤੇ ਹਵਾ ਕੀਤੀ ਆ ਜਾਂ ਫਿਰ ਮੈਨੂੰ ਚੜਾਇਆ ਉਸ ਟਾਈਮ, ਵੀ ਮੈਂ ਹੁਣ ਨਾ ਤਾਂ ਉਹ ਵੀ ਨਹੀਂ ਸੁਣਦੀ ਵੀ ਮੈਨੂੰ ਕੋਈ ਇੱਕ ਬੰਦਾ ਉਹ ਵੀ ਕਹੇਗਾ ਤਾਂ ਮੈਂ ਫਿਰ ਫੈਂਡ ਦੇਣਾ। ਸੋ ਉਦੋਂ ਤੋਂ ਮੈਂ ਲੜਾਈਆਂ ਦਾ ਥੋੜ੍ਹਾ ਜਿਹਾ ਆਦੀ ਹੋ ਗਿਆ, ਬਹੁਤ ਲੋਕਾਂ ਨਾਲ ਲੜਿਆ ਝਗੜਿਆ। ਸਕੂਲ ਟਾਈਮ ਹੈ ਨਾ, ਜਵਾਕ ਹੁੰਦੇ ਆ, ਮੱਤ ਉਵੇਂ ਦੀ ਹੁੰਦੀ ਆ, ਪਰ ਫਿਰ ਇੱਦਾਂ ਹੀ ਸਕੂਲ ਟਾਈਮ ਲੰਘ ਗਿਆ ਅਤੇ ਉਹ ਤੋਂ ਬਾਅਦ ਆ ਗਿਆ ਕਾਲਜ ਟਾਈਮ। ਅਤੇ ਕਾਲਜ 'ਚ ਫਿਰ ਇੱਦਾਂ ਸੀਗਾ, ਇਹ ਨਹੀਂ ਸੀ ਪਤਾ ਹੁੰਦਾ ਵੀ ਜਿਹਦੇ ਨਾਲ ਗਰਾਰੀ ਫਸਾਉਣੀ ਆ ਵੀ ਉਹ ਕਿੰਨੇ ਕੁ ਪਾਣੀ 'ਚ ਆ, ਕੀ ਉਹਦੀ ਸਪੋਰਟ ਆ, ਪੋਲੀਟੀਕਲ ਬੰਦਾ ਤਾਂ ਨਹੀਂ, ਪਰ ਫਿਰ ਵੀ ਆਪਾਂ ਟਲੇ ਨਹੀਂ। ਉਹਨਾਂ ਬੰਦਿਆਂ ਨਾਲ ਘੁੰਮਣਾ ਫਿਰਨਾ ਸਟਾਰਟ ਕਰਤਾ ਜਿਨ੍ਹਾਂ 'ਤੇ ਦਸ ਦਸ ਬਾਰਾਂ ਬਾਰਾਂ ਪਰਚੇ ਸੀਗੇ, ਨਸ਼ੇ ਕਰਦੇ ਸੀਗੇ, ਅਤੇ ਇਹੀ ਲੜਾਈਆਂ ਵੱਧਦੀਆਂ ਵੱਧਦੀਆਂ ਹੌਲੀ ਹੌਲੀ ਹੱਥਾਂ ਮੁੱਕਿਆਂ ਤੋਂ ਖੰਡੇ ਕਿਰਪਾਨਾਂ ਟੋਕਿਆਂ ਤੱਕ ਚਲੀਆਂ ਗਈਆਂ। ਅਤੇ ਮੈਨੂੰ ਅੱਜ ਵੀ ਯਾਦ ਆ 2017 ਜਾਂ 18 ਦਾ ਦਿਨ ਹੋਣਾ ਸਿਆਲਾਂ ਦਾ, ਅਤੇ ਮੇਰੇ ਹੱਥ 'ਚ ਖੰਡਾ ਸੀਗਾ, ਦਾਖੇ ਗਰਾਊਂਡ ਕੋਲ ਖੜ੍ਹੇ ਸੀਗੇ ਅਤੇ ਮੇਰੀਆਂ ਲੱਤਾਂ ਕੰਬ ਰਹੀਆਂ ਸੀਗੀਆਂ ਅਤੇ ਮਨ 'ਚ ਮੇਰੇ ਅਰਦਾਸ ਚੱਲਦੀ ਸੀ ਵੀ ਰੱਬਾ ਅੱਜ ਬਚਾ ਲਈ, ਅੱਜ ਲੜਾਈ ਨਾ ਹੋਵੇ, ਕਿਉਂਕਿ ਉਦੋਂ ਨਵੇਂ ਸੀ। ਪਰ ਹੌਲੀ ਹੌਲੀ ਫਿਰ ਜਦੋਂ ਇਹਨਾਂ ਚੀਜ਼ਾਂ 'ਚ ਆਪਾਂ ਆਦੀ ਹੋਏ ਰਹਿੰਦੇ ਹਾਂ ਤਾਂ ਆਪਣਾ ਹੱਥ ਖੋਲ੍ਹੇ ਜਾਂਦਾ ਵਾ ਲੜਨ ਵੀ, ਕੁੱਟਣ ਮਾਰਨ 'ਚ। ਸੋ ਇੱਦਾਂ ਹੀ ਫਿਰ ਹੌਲੀ ਹੌਲੀ ਕਾਲਜ ਦੀਆਂ ਪ੍ਰਧਾਨਗੀਆਂ ਪਿੱਛੇ ਲੜਨ ਲੱਗ ਗਏ, ਸਕੂਲ ਦੇ ਜਵਾਕਾਂ ਪਿੱਛੇ ਲੜਨ ਲੱਗ ਗਏ। ਸੋ ਕਿਸੇ ਨੇ ਵੀ ਕਿਸੇ ਨੂੰ ਉਂਗਲ ਵੀ ਕਰਤੀ ਜੇ ਆਪਣੇ ਯਾਰ ਭਰਾ ਕਹਿੰਦੇ ਸੀ ਜਿਹਨੂੰ, ਉਹਦੇ ਪਿੱਛੇ ਜਾ ਕੇ ਲੜ ਪੈਂਦੇ ਸੀਗੇ। ਸੋ ਰੋਜ਼ ਹੀ ਲੜਾਈ ਹੁੰਦੀ ਸੀ, ਇਹ ਦਿਨ ਚੱਲਦੇ ਗਏ। ਪਿੱਛੋਂ ਫਾਈਨੈਂਸ਼ਲੀ ਸਟਰੋਂਗ ਨਹੀਂ ਸੀਗੇ, ਇੰਨੇ ਧੱਕੇ ਖਾਈ ਜਾਣੇ, ਕੁਛ ਬਣਦਾ ਨਹੀਂ ਸੀ, ਜੁੜਦਾ ਨਹੀਂ ਸੀ, ਪਿੱਛੋਂ ਸਾਰੀ ਜ਼ਿੰਦਗੀ ਦੇ ਕਾਟਾ ਮਾਰ ਕੇ ਇਹੋ ਜਿਹੀਆਂ ਲਾਈਨਾਂ 'ਤੇ ਚੱਲੇ ਫਿਰਦੇ ਸੀਗੇ। ਫਿਰ ਉਸ ਤੋਂ ਬਾਅਦ ਮੈਂ ਇੱਕ ਦਿਨ ਸੋਚਿਆ ਕਿ ਛੋਟੇ ਹੁੰਦੇ ਤੋਂ ਮੇਰੀ ਮਾਂ ਨੇ ਹੀ ਮੈਨੂੰ ਕੱਪੜੇ ਸਿਉਂ ਸਿਉਂ ਕੇ ਲੋਕਾਂ ਦੇ ਪਾਲਿਆ ਵਾ, ਕਿਉਂਕਿ ਮੇਰੇ ਡੈਡੀ ਨੂੰ ਹੁੰਦੀ ਸੀ ਦਾਰੂ ਦੀ ਲੱਤ। ਸੋ ਦੋ ਦੋ ਰਾਤਾਂ ਮੰਮੀ ਨੇ ਮੇਰੀ ਨੇ ਸੌਣਾ ਨਹੀਂ, ਕੱਪੜੇ ਸਿਉਣੇ, ਅਤੇ ਮੈਂ ਅਤੇ ਮੇਰੀ ਮਾਤਾ ਨੇ ਕੰਮ ਕਰਨਾ ਘਰ ਦਾ, ਡੰਗਰ ਪਸ਼ੂ ਸਾਂਭਣੇ ਜਾਂ ਹੋਰ ਵੀ ਜੋ ਵੀ ਕੰਮ ਹੁੰਦਾ ਸੀਗਾ। ਇੱਥੇ ਮੈਨੂੰ ਇੱਕ ਦਿਨ ਹੋਰ ਯਾਦ ਆਉਂਦਾ ਕਿ ਮੈਂ ਕੰਮ ਕਰਕੇ ਜਦੋਂ ਸ਼ਾਮ ਨੂੰ ਟਿਊਸ਼ਨ 'ਤੇ ਜਾਂਦਾ ਹੁੰਦਾ ਸੀਗਾ, ਸਾਰਾ ਕੰਮ ਨਿਬੇੜ ਕੇ ਡੰਗਰਾਂ ਡੁੰਗਰਾਂ ਦਾ ਪੱਠੇ ਲਿਆ ਕੇ ਵੱਢ ਕੇ ਕੁਤਰ ਕੇ ਪਾ ਕੇ ਜਦੋਂ ਜਾਂਦਾ ਹੁੰਦਾ ਸੀਗਾ ਟਿਊਸ਼ਨ 'ਤੇ, ਤਾਂ ਮੇਰੇ ਕੁੱਟ ਪੈਂਦੀ ਹੁੰਦੀ ਸੀ, ਕਿਉਂਕਿ 4 ਵਜੇ ਦਾ ਟਾਈਮ ਹੁੰਦਾ ਸੀ ਅਤੇ ਮੈਂ ਪਹੁੰਚਦਾ ਸੀ 4:30 ਵਜੇ। ਸੋ ਮੈਡਮ ਨੂੰ ਇਹ ਗੱਲ ਪਤਾ ਨਹੀਂ ਸੀ, ਪਰ ਫਿਰ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗ ਗਈ ਅਤੇ ਇਹ ਗੱਲ ਵੀ ਠੀਕ ਹੋ ਗਈ ਸੀ, ਉਹ ਕੁੱਟਣੋਂ ਹਟ ਗਏ ਸੀ, ਸਮਝ ਗਏ ਸੀ। ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਵੀ ਹੁਣ ਮੈਂ ਕਿਹੜੇ ਰਾਹ 'ਤੇ ਤੁਰਿਆ ਫਿਰਦਾ ਵਾ, ਵੀ ਮੇਰੀ ਮਾਂ ਨੇ 20 ਸਾਲ ਤਪੱਸਿਆ ਇਸ ਕਰਕੇ ਕੀਤੀ ਆ ਵੀ ਕੋਈ ਮੈਨੂੰ ਗੋਲੀ ਮਾਰ ਕੇ ਸਿੱਟ ਜਾਵੇ ਜਾਂ ਮੈਂ ਕਿਸੇ ਜੇਲ੍ਹ 'ਚ ਡੱਕਿਆ ਜਾਵਾਂ ਸਾਰੀ ਉਮਰ ਲਈ। ਸੋ ਉੱਥੋਂ ਮੈਂ ਫਿਰ ਬੈਕ ਸਟੈਪ ਪੱਟਣਾ ਸ਼ੁਰੂ ਕਰਤਾ ਅਤੇ ਫਿਰ ਮੈਂ ਬਹੁਤ ਸੋਚਿਆ ਕਿ ਮੈਂ ਕੀ ਕਰਾਂ, ਅਤੇ ਮੈਂ ਅੱਕ ਠੱਕ ਕੇ ਨੈੱਟਵਰਕ ਮਾਰਕੀਟਿੰਗ ਵਾਲਾ ਕੰਮ ਸ਼ੁਰੂ ਕਰਤਾ ਜਿਹ 'ਚ ਮੈਂਬਰ ਜੇ ਜੋੜਨੇ ਹੁੰਦੇ ਆ। ਸੋ ਮੈਂ ਪੂਰਾ 100% ਆਪਦਾ ਉਹਦੇ 'ਚ ਦੇਣ ਲੱਗ ਗਿਆ। ਲੋਕਾਂ ਦੇ ਘਰਾਂ 'ਚ ਜਾਣਾ, ਕਿਸੇ ਨੇ ਸਮਾਨ ਨਹੀਂ ਖਰੀਦਣਾ ਸੀ, ਕਹਿਣਾ ਜੀ ਭਾਂਡੇ ਵਿੱਚ ਨਾਲ ਲੈ ਲਓ, ਚਾਹ ਪੱਤੀ ਲੈ ਲਓ। ਸੋ ਇਹ ਕੰਮ ਕੀਤਾ,
ਪਰ ਉੱਥੋਂ ਨਿਕਲਿਆ ਕੁਛ ਨਹੀਂ, ਮੇਰੇ ਪੈਸੇ ਬਰਬਾਦ ਹੀ ਹੋਏ। 6 ਮਹੀਨੇ ਮੈਂ ਉੱਥੇ ਇਨਵੈਸਟਮੈਂਟ ਕਰੀ ਗਿਆ ਪਰ ਮੈਨੂੰ ਜੁੜਿਆ ਕੁਛ ਨਹੀਂ। ਪਰ ਮੇਰੀ ਜਿਹੜੀ ਅਪਲਾਈਨ ਸੀ ਉਹਨੇ ਮੈਨੂੰ ਬਹੁਤ ਕਿਹਾ ਵੀ ਲੱਗਿਆ ਰਹਿ, ਪਰ ਮੇਰੀ ਇੰਨੀ ਪਿੱਠ ਨਹੀਂ ਸੀ ਝੱਲਦੀ ਕਿ ਮੈਂ ਹੋਰ ਇਨਵੈਸਟਮੈਂਟ ਕਰ ਸਕਾਂ। ਸੋ ਉਹ ਕੰਮ ਤੋਂ ਮੈਂ ਫਲੋਪ ਰਿਹਾ। ਫਿਰ ਮੈਂ ਬਹੁਤ ਥਾਵਾਂ 'ਤੇ ਟਰਾਈ ਕੀਤਾ, ਪਹਿਲਾਂ 2-3 ਮੈਂ ਗੱਡੀ ਦੀਆਂ ਏਜੰਸੀਆਂ 'ਚ ਗਿਆ ਕਿ ਬਾਈ ਮੈਨੂੰ ਜੋਬ 'ਤੇ ਰੱਖ ਲਓ, ਮੈਂ ਗੱਡੀਆਂ ਧੋ ਦਿਆ ਕਰੂੰਗਾ। ਕਿਸੇ ਨੇ ਉੱਥੇ ਮੈਨੂੰ ਮਤਲਬ ਜੋਬ ਨਹੀਂ ਦਿੱਤੀ। ਉਹ ਤੋਂ ਬਾਅਦ ਫਿਰ ਮੈਂ ਮੋਲ 'ਚ ਗਿਆ ਜਿੱਥੇ ਕੱਪੜੇ ਵਿਕਦੇ ਆ, ਵੀ ਹੈ ਨਾ ਵੀ ਮੈਂ ਕੱਪੜੇ ਵੇਚ ਲਿਆ ਕਰੂੰ। ਮੈਂ ਥੋੜ੍ਹਾ ਜਿਹਾ ਦੱਸਿਆ ਉਹਨਾਂ ਨੂੰ, ਉਹਨਾਂ ਨੇ 45 ਮਿੰਟ ਖੜਾਈ ਰੱਖਿਆ। ਫਿਰ ਮੇਰਾ ਰੈਜ਼ਿਊਮੇ ਲੈ ਕੇ ਸਾਈਡ 'ਤੇ ਰੱਖਤਾ ਅਤੇ ਕਹਿੰਦਾ ਜਾਓ ਜੀ ਫੋਨ ਕਰ ਦਾਂਗੇ। ਅਤੇ ਇੱਦਾਂ ਹੀ ਫਿਰ ਮੈਂ ਹੋਰ ਕਾਫੀ ਥਾਵਾਂ 'ਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਲਈ ਗਿਆ। ਉਹਨਾਂ ਨੇ ਕਹਿੰਦਾ ਵੀ ਤੇਰੀ ਉਮਰ ਘੱਟ ਆ, ਵੀ ਤੈਨੂੰ ਗੇਟ ਖੋਲ੍ਹਣਾ ਪੈਣਾ, ਸਤਿ ਸ਼੍ਰੀ ਅਕਾਲ ਬੁਲਾਉਣੀ ਪੈਣੀ ਆ। ਮੈਂ ਕਿਹਾ ਜੀ ਕਰ ਲਾਂਗੇ, ਪਰ ਉਹ ਕਹਿੰਦੇ ਵੀ ਨਹੀਂ ਤੇਰੀ ਉਮਰ ਘੱਟ ਆ, ਅਸੀਂ ਰੱਖਣਾ ਨਹੀਂ। ਫਿਰ ਮੈਂ ਅੱਕ ਕੇ ਸੋਚਿਆ ਵੀ ਮੈਂ ਚਾਹ ਦੀ ਰੇਹੜੀ ਲਾ ਲਾਂ, ਕਿਉਂਕਿ ਮੈਂ ਸੰਗ ਸ਼ਰਮ ਦਾ ਸ਼ੁਰੂ ਤੋਂ ਹੀ ਮਾਰਤੀ ਸੀਗੀ। ਜਦੋਂ ਸਾਡੇ ਢੋਲ 'ਚ ਦਾਣੇ ਖਾਲੀ ਸੀਗੇ ਉਦੋਂ ਸਾਨੂੰ ਲੋਕ ਦਾਣੇ ਦੇਣ ਨਹੀਂ ਸੀ ਆਉਂਦੇ, ਸਮਾਂ ਦੀ ਇਹ ਕਹਿੰਦੇ ਸੀਗੇ ਕਿ ਇਹਨਾਂ ਦੇ ਘਰੇ ਤਾਂ ਰੋਟੀ ਨਹੀਂ ਪੱਕਦੀ। ਸੋ ਮੈਂ ਕੀ ਕੀਤਾ, ਸਾਰਾ ਚਾਹ ਦਾ ਸਮਾਨ ਲਿਆਂਦਾ, ਚਾਹ ਪੱਤੀ ਸਿਲੰਡਰ ਲਿਆਂਦਾ, ਸਟੋਪ ਲਿਆਂਦਾ, ਭਾਂਡੇ ਲਿਆਂਦੇ ਜਿਹਦੇ 'ਚ ਆਪਾਂ ਚਾਹ ਬਣਾ ਕੇ ਵੇਚਣੀ ਆ, ਰੇਹੜੀ ਇੱਕ ਪਤਾ ਕਰ ਲਈ ਜਿੱਥੇ ਮੈਂ ਰੇਹੜੀ ਲਾਉਣੀ ਸੀਗੀ। ਅਤੇ ਪਰ ਐਂਡ 'ਤੇ ਕੀ ਹੋਇਆ, ਜਿੱਥੇ ਉਹ ਜਗ੍ਹਾ ਸੀ ਜਿਹੜੇ ਬੰਦੇ ਦੀ, ਉਹਨੇ ਜਵਾਬ ਦਿੱਤਾ ਕਹਿੰਦਾ ਮੈਂ ਤਾਂ ਇੱਥੇ ਦੁਕਾਨਾਂ ਪਾਉਣੀਆਂ, ਵੀ ਤੇਰੀ ਰੇਹੜੀ ਨਹੀਂ ਲੱਗਣੀ, ਸੋਰੀ। ਸੋ ਉੱਥੋਂ ਵੀ ਮੈਂ ਫਲੋਪ ਰਿਹਾ। ਅਤੇ ਫਿਰ ਇੱਕ ਦਿਨ ਮੈਂ ਲੁਧਿਆਣੇ ਜਾ ਰਿਹਾ ਸੀ ਕਿਸੇ ਕੰਮ ਲਈ, ਅਤੇ ਮੈਨੂੰ ਇੱਕ ਕਿਸੇ ਮੇਰੇ ਦੋਸਤ ਦਾ ਫੋਨ ਆਇਆ ਅਤੇ ਗੱਲਬਾਤ ਕਰਦੇ ਸੀਗੇ, ਮੈਨੂੰ ਪੁੱਛਣ ਲੱਗ ਗਿਆ ਵੀ ਕੀ ਕਰਦਾ, ਅਤੇ ਮੈਂ ਉਹਨੂੰ ਸਾਰੀ ਆਪਦੀ ਸਿਚੁਏਸ਼ਨ ਦੱਸੀ। ਅਤੇ ਉਹਨੂੰ ਵੀ ਥੋੜ੍ਹਾ ਜਿਹਾ ਸੁਣ ਕੇ ਤਰਸ ਆਇਆ ਕਿ ਇਸ ਸਿਚੁਏਸ਼ਨ 'ਚੋਂ ਲੰਘ ਰਿਹਾ। ਅਤੇ ਉਹਨੇ ਮੈਨੂੰ ਕਿਹਾ ਸਾਡੀ ਕੰਪਨੀ 'ਚ ਇੱਕ ਵੈਕੈਂਸੀ ਖਾਲੀ ਆ, ਵੀ ਤੂੰ ਆ ਕੇ ਇੰਟਰਵਿਊ ਦੇ ਕੇ ਦੇਖ ਲਾ, ਜੇ ਤੈਨੂੰ ਜੋਬ ਮਿਲ ਜਾਵੇ ਤਾਂ ਵਧੀਆ। ਸੋ ਮੈਂ ਗਿਆ ਅਤੇ ਮੇਰੀ ਉੱਥੇ ਇੱਕ ਠੀਕ ਠਾਕ ਜਿਹੀ ਸੈਲਰੀ 'ਤੇ ਜੋਬ ਲੱਗ ਗਈ, ਜਿਹਦੇ ਨਾਲ ਕਿ ਮੈਂ ਆਪਦੇ ਖਰਚੇ ਕੱਢ ਲੈਂਦਾ ਸੀ ਅਤੇ 2-3 ਹਜ਼ਾਰ ਰੁਪਇਆ ਘਰੇ ਦੇ ਦਿੰਦਾ ਸੀਗਾ। ਸੋ ਐਵੇਂ ਹੀ ਚੱਲੀ ਗਿਆ, ਥੋੜ੍ਹੇ ਜਿਹੇ ਹਾਲਾਤ ਸੁਧਰੇ ਪਹਿਲਾਂ ਨਾਲੋਂ, ਅਤੇ 4-1 ਮਹੀਨੇ ਮੈਂ ਉੱਥੇ ਕੰਮ ਕੀਤਾ। ਅਤੇ ਇਹ ਤੋਂ ਬਾਅਦ ਫਿਰ ਉਹ ਦਿਨ ਆਇਆ ਜਦੋਂ ਕਿ ਚੜ੍ਹਦਾ ਚੜ੍ਹਦਾ ਸਾਰਾ ਕੰਮ ਥੱਲੇ ਆ ਗਿਆ, ਇੱਕੋ ਦਮ ਮੈਂ ਗੋਡਿਆਂ 'ਤੇ ਹੋ ਗਿਆ, ਡਿੱਗ ਪਿਆ। ਅਤੇ ਉਸ ਦਿਨ ਕੀ ਹੋਇਆ, ਮੈਨੂੰ ਕਾਲ ਆਈ ਕਿ ਤੇਰੇ ਡੈਡੀ ਦਾ, ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ, ਕਿਉਂਕਿ ਫਾਦਰ ਸਾਹਿਬ 10-12 ਸਾਲ ਪਹਿਲਾਂ ਹੀ ਦਾਰੂ ਪੀਣੀ ਛੱਡ ਚੁੱਕੇ ਸੀ ਅਤੇ ਸਾਰਾ ਕੰਮ ਕੁੰਮ ਦੇਖਦੇ ਸੀਗੇ, ਘਰੇ ਪਸ਼ੂਆਂ ਦਾ ਕੰਮ, ਡੰਗਰਾਂ ਦਾ ਕੰਮ ਸਾਰਾ ਉਹ ਦੇਖਦੇ ਸੀ। ਅਤੇ ਸਾਡੀ ਇੱਕ ਬੁਟੀਕ ਆ ਮੁੱਲਾਪੁਰ 'ਚ ਜਿਹੜੀ ਮੇਰੀ ਮਾਤਾ ਸਾਂਭ ਰਹੇ ਨੇ, ਉਹਦਾ ਕੰਮ ਵੀ ਸਾਰਾ ਉਹ ਦੇਖ ਰਹੇ ਸੀਗੇ। ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ, ਕਿਸੇ ਜਵਾਕ ਨੂੰ ਛੱਡ ਕੇ ਆਉਣਾ, ਲੈ ਕੇ ਆਉਣਾ, ਟਿਊਸ਼ਨ ਛੱਡਣ ਜਾਣਾ, ਸਕੂਲੋਂ ਲੈ ਕੇ ਆਉਣਾ, ਇਹ ਸਾਰਾ ਕੰਮ ਮੇਰੇ ਫਾਦਰ ਸਾਹਿਬ ਦੇਖ ਰਹੇ ਸੀ। ਇੱਥੋਂ ਉਹਨਾਂ ਦੇ 6:00 ਗੱਡੀ ਨੇ ਪਿੱਛੇ ਆ ਕੇ ਮਾਰਿਆ ਅਤੇ ਉੱਤੇ ਹਵਾ 'ਚ ਉੱਡ ਕੇ ਥੱਲੇ ਡਿੱਗ ਪਏ, ਉਹਨਾਂ ਦੀ ਢੂਹੀ 'ਤੇ ਬਹੁਤ ਜ਼ਿਆਦਾ ਸੱਟ ਲੱਗ ਗਈ। ਸੋ ਉਸੇ ਟਾਈਮ ਮੈਨੂੰ ਜੋਬ ਛੱਡਣੀ ਪੈ ਗਈ। ਸੋ ਸਾਰੀ ਇਨਕਮ ਆਉਣੀ ਬੰਦ ਹੋ ਗਈ, ਕੁਛ ਕਰਜ਼ਾ ਉਦੋਂ ਲਿਆ ਹੋਇਆ ਸੀ ਬੈਂਕਾਂ ਤੋਂ ਅਤੇ ਕਈ ਪੈਸੇ ਲੋਕਾਂ ਤੋਂ ਫੜੇ ਹੋਏ ਸੀ, ਅਤੇ ਉਹ ਸਾਰੇ ਲੋਕ ਦਰਾਂ 'ਚ। ਕੁਛ ਕੁ ਤਾਂ ਸਮਝ ਜਾਂਦੇ ਸੀਗੇ ਕਿ ਹਾਂ ਚਲੋ ਇਹਨਾਂ 'ਤੇ ਮਜ਼ਬੂਰੀ ਚੱਲਦੀ ਆ ਵੀ ਆਪਾਂ ਫੇਰ ਲੈ ਲਾਂਗੇ, ਪਰ ਬਹੁਤੇ ਇਹੋ ਜਿਹੇ ਸੀਗੇ ਜਿਹੜੇ ਕਹਿੰਦੇ ਨਹੀਂ ਸਾਨੂੰ ਸਾਡੇ ਪੈਸੇ ਚਾਹੀਦੇ ਆ। ਸੋ ਉਸ ਟਾਈਮ ਜਮੇ ਹੀ ਢੂਹੀ ਦੀ ਹੱਡੀ ਟੁੱਟਣ ਵਾਲਾ ਕੰਮ ਹੋ ਗਿਆ ਸੀਗਾ। ਅਤੇ ਫਿਰ ਮੈਂ ਉੱਥੋਂ ਸਰਕਲ ਘੁਮਾਇਆ, ਕਿਸੇ ਤੋਂ ਪੈਸੇ ਫੜੇ, ਕਿਸੇ ਨੂੰ ਦੇ ਤੇ, ਕਿਸੇ ਦੇ ਲਾਹ 'ਤੇ, ਕਿਸੇ ਦੇ ਸਿਰ ਚੜ੍ਹਾ ਲਏ। ਉਹ ਟਾਈਮ ਇੱਦਾਂ ਦਾ ਆ ਗਿਆ ਸੀਗਾ ਕਿ ਘਰੇ ਇੱਕ ਪੰਜੀ ਨਹੀਂ ਸੀ ਹੁੰਦੀ, ਜੇ ਕਿਸੇ ਨੇ ਬਿਮਾਰ ਵੀ ਹੋ ਜਾਣਾ ਤਾਂ ਉਹ ਵੀ ਕਿਸੇ ਤੋਂ ਪੈਸੇ ਮੰਗ ਕੇ ਫਿਰ ਦਵਾਈ ਲੈ ਕੇ ਆਉਣੀ ਪੈਂਦੀ ਸੀਗੀ। ਸੋ ਐਵੇਂ ਦਾ ਟਾਈਮ ਦੇਖਿਆ, ਉਹ 6 ਮਹੀਨੇ ਲੰਘੇ ਬਹੁਤ ਔਖੇ। ਫਿਰ ਇੱਕ ਦਿਨ ਮੈਂ ਕਿਸੇ ਮੁੰਡੇ ਦਾ ਵੇਟ ਕਰ ਰਿਹਾ ਸੀ, ਪੰਪ 'ਤੇ ਖੜ੍ਹਾ ਸੀਗਾ, ਅਤੇ ਪੰਪ ਦੇ ਨਾਲ ਇੱਕ ਖੋਖਾ ਜਿਹਾ ਸੀ ਉੱਥੇ ਥੜਾ ਸੀ, ਅਤੇ ਮੈਂ ਉਹ ਥੜੇ 'ਤੇ ਬਹਿ ਗਿਆ। ਅਤੇ ਮੇਰੇ ਕੋਲ 5-10 ਮਿੰਟ ਸੀਗੇ ਸੋਚਣ ਨੂੰ, ਅਤੇ ਮੈਂ ਸੋਚਿਆ ਯਾਰ ਹੁਣ ਤੱਕ ਇੰਨੇ ਮਾੜੇ ਦਿਨ ਦੇਖ ਲਏ, ਹਾਲਾਤ ਦੇਖ ਲਏ, ਵੀ ਟੁੱਟੇ ਨਹੀਂ, ਹੈ ਨਾ, ਕਿਉਂਕਿ ਉਹ ਸਿਚੁਏਸ਼ਨਾਂ ਕੁਛ ਇੱਦਾਂ ਦੀਆਂ ਸੀਗੀਆਂ ਵੀ ਬਹੁਤ ਲੋਕ ਸੁਸਾਈਡ ਕਰ ਲੈਣ। ਅਤੇ ਫਿਰ ਉਦੋਂ ਮੈਂ ਸੋਚਿਆ ਕਿ ਕਿਹੜਾ ਇਹੋ ਜਿਹਾ ਕੰਮ ਆ ਕਿ ਜਿਹਦੇ ਨਾਲ ਮੈਨੂੰ ਇਨਕਮ ਵੀ ਜਨਰੇਟ ਹੋਵੇ ਅਤੇ ਮੈਨੂੰ ਖੁਸ਼ੀ ਵੀ ਹੋਵੇ, ਕਿਉਂਕਿ ਮੈਂ ਉਸ ਟਾਈਮ ਬਹੁਤ ਜ਼ਿਆਦਾ ਡੀਪ ਥਿੰਕਿੰਗ ਸੀ, ਮੈਨੂੰ ਆਲੇ ਦੁਆਲੇ ਦਾ ਵੀ ਨਹੀਂ ਪਤਾ ਸੀ ਵੀ ਕੀ ਚੱਲ ਰਿਹਾ ਵਾ। ਸੋ ਫਿਰ ਮੇਰੇ ਦਿਮਾਗ 'ਚ ਇੱਕ ਗੱਲ ਆਈ ਕਿ ਜਦੋਂ ਵੀ ਮੈਂ ਡਿੱਗਦਾ ਸੀਗਾ, ਚਾਹੇ ਮੈਨੂੰ ਜੋਬ ਨਹੀਂ ਮਿਲਦੀ ਸੀ, ਚਾਹੇ ਮੈਂ ਕਦੋਂ ਜੋਬ ਤੋਂ ਹਟ ਗਿਆ, ਮੇਰੇ ਡੈਡੀ ਦੇ ਸੱਟ ਲੱਗ ਗਈ, ਪਰ ਮੈਂ ਐਟ ਦੀ ਐਂਡ ਇੱਕ ਥਾਂ 'ਤੇ ਜਾ ਕੇ ਵਧੀਆ ਫੀਲ ਕਰਦਾ ਸੀਗਾ, ਅਤੇ ਉਹ ਆ ਜਿੰਮ। ਉਹ ਜਿਹੜਾ ਘੰਟਾ, 1.5 ਘੰਟਾ ਜਾਂ 2 ਘੰਟੇ ਸੀਗੇ, ਮੇਰਾ ਮਾਇੰਡ ਪੂਰਾ ਰਿਲੈਕਸ ਫੀਲ ਕਰਦਾ ਸੀ, ਮੈਂ ਖੁਸ਼ ਹੁੰਦਾ ਸੀ। ਬਾਕੀ ਚਾਹੇ ਮੈਂ ਸਾਰਾ ਦਿਨ ਦੁਖੀ ਰਹਾਂ, ਡਿਪਰੈਸ਼ਨ 'ਚ ਰਹਾਂ, ਪਰ ਉਹ 2 ਘੰਟੇ ਇਹੋ ਜਿਹੇ ਹੁੰਦੇ ਸੀ ਜਿਹ 'ਚ ਮੈਨੂੰ ਖੁਸ਼ੀ ਮਿਲਦੀ ਸੀ। ਸੋ ਮੈਂ ਉਦੋਂ ਸੋਚ ਲਿਆ ਕਿ ਮੈਂ ਜਿੰਮ ਨਾਲ ਰਿਲੇਟਡ ਹੀ ਕੰਮ ਕਰਨਾ,
ਤੇ ਫਿਰ ਮੈਂ ਸਰਟੀਫਿਕੇਸ਼ਨ ਕਰਨ ਲੱਗ ਗਿਆ, ਪਰ ਉਹਦੇ ਤੇ ਵੀ ਖਰਚਾ ਆਉਣਾ ਸੀਗਾ ਤੇ ਪੈਸੇ ਵੱਲੋਂ ਪਹਿਲਾਂ ਹੀ ਔਖਾ ਸੀਗਾ। ਇੱਧਰ ਕਰਜ਼ੇ ਵਾਲੇ ਆਉਂਦੇ ਸੀ ਤੇ ਦੂਜੇ ਪਾਸੇ ਮੈਂ ਸੋਚ ਲੈ ਕੇ ਬਹਿ ਗਿਆ ਕਿ ਆਪਦੀ ਇਨਕਮ ਜਨਰੇਟ ਕਰਨੀ ਆ, ਫੈਮਿਲੀ ਨੂੰ ਸਪੋਰਟ ਕਰਨੀ ਆ। ਸੋ ਕੀ ਕਰਦਾ ਮੈਂ ਉਸ ਟਾਈਮ ਤੇ, ਫਿਰ ਮੇਰੇ ਦਿਮਾਗ 'ਚ ਇੱਕ ਸਕੀਮ ਆਈ ਕਿ ਮੈਂ ਥੋੜ੍ਹਾ ਜਿਹਾ ਕਰਜ਼ਾ ਹੋਰ ਲੈ ਲਾਂ। ਸੋ ਮੈਂ ਕਿਸ਼ਤਾਂ ਬੰਨ ਲਈਆਂ ਸਰਟੀਫਿਕੇਸ਼ਨ ਵਾਲਿਆਂ ਨਾਲ ਤੇ ਕਿਸ਼ਤਾਂ ਬੰਨ ਲਈਆਂ ਜਿਨ੍ਹਾਂ ਤੋਂ ਮੈਂ ਕਰਜ਼ਾ ਲਿਆ ਹੋਇਆ ਸੀ ਮੇਰੇ ਘਰਦਿਆਂ ਨੇ ਉਹਨਾਂ ਨਾਲ। ਸੋ ਮੈਂ ਹੌਲੀ ਹੌਲੀ ਇਹਨੂੰ ਮੈਨੇਜ ਕਰਦਾ ਗਿਆ ਤੇ ਕੋਰਸ ਕਰਦਾ ਗਿਆ ਤੇ ਇਹ ਤੋਂ ਬਾਅਦ ਫਿਰ ਮੈਂ ਬਹਿ ਕੇ ਸੋਚਿਆ ਕਿ ਮੈਂ ਆਪਦੇ ਕੰਮ ਨੂੰ ਕਿਵੇਂ ਵੱਡੇ ਲੈਵਲ ਤੱਕ ਲਿਆ ਸਕਦਾ, ਵੀ ਇੱਥੇ ਮੇਰੇ ਕੋਲ ਇੰਨਾ ਕੁ ਏਰੀਆ ਵਾ ਜਿੱਥੇ ਮੈਂ ਜਾ ਕੇ ਟ੍ਰੇਨਿੰਗ ਦੇ ਸਕਦਾ ਵਾਂ, ਵੀ ਇੰਨੇ ਕੁ ਮੈਂ ਪੈਸੇ ਕਮਾ ਸਕਦਾ। ਫਿਰ ਮੈਂ ਸੋਚਿਆ ਕਿ ਔਨਲਾਈਨ ਜੇ ਮੈਂ ਕੰਮ ਸ਼ੁਰੂ ਕਰਾਂ ਤਾਂ ਮੇਰੇ ਕੋਲ ਸਾਰੀ ਦੁਨੀਆ ਵਾਂ ਤੇ ਆਲਮੋਸਟ 70-80% ਲੋਕਾਂ ਨੂੰ ਪ੍ਰੋਬਲਮ ਆ ਮੈਂ ਹੈਲਥ ਨਾਲ ਰਿਲੇਟਡ। ਸੋ ਮੈਂ ਕੀ ਕੀਤਾ, ਇੰਸਟਾਗ੍ਰਾਮ ਤੇ ਮੈਂ ਪੇਜ ਬਣਾ ਲਿਆ ਵੀ ਇਹਦੇ ਤੇ ਮੈਂ ਫਿਟਨੈਸ ਨਾਲ ਰਿਲੇਟਡ ਚੀਜ਼ਾਂ ਪਾਇਆ ਕਰੂੰਗਾ। ਸੋ ਆ ਸੰਗ ਸ਼ਰਮ ਵਾਲੀ ਤਾਂ ਮੈਂ ਪਹਿਲਾਂ ਹੀ ਦਿਮਾਗ 'ਚੋਂ ਗੱਲ ਕੱਢਤੀ ਸੀਗੀ ਕਿ ਲੋਕੀ ਕੀ ਕਹਿਣਗੇ, ਤੇ ਮੈਂ ਆਹ ਕੰਮ ਸ਼ੁਰੂ ਕਰਤਾ। ਮੈਂ 5 ਰੀਲਾਂ ਬਣਾ ਕੇ ਰੱਖ ਲਈਆਂ ਤੇ 1 ਜਨਵਰੀ 2022 ਨੂੰ ਮੈਂ ਉਹ ਰੀਲਾਂ ਪੋਸਟ ਕਰਨ ਲੱਗ ਗਿਆ ਜਿਹਦੇ 'ਚ ਮੈਂ ਡਾਇਟ ਨਾਲ ਰਿਲੇਟਡ ਜਾਂ ਫਿਰ ਵਰਕਆਊਟ ਨਾਲ ਰਿਲੇਟਡ। ਤੇ ਇੱਦਾਂ ਹੀ ਕਰਦੇ ਕਰਦੇ ਸਿਰਫ 7 ਦਿਨ ਲੰਘੇ ਸੀਗੇ ਤੇ 7ਵੇਂ ਦਿਨ ਯਾਨੀ ਕਿ ਪਹਿਲੀ 7 ਦਿਨਾਂ 'ਚ ਹੀ ਮੈਨੂੰ ਮੇਰੀ ਪਹਿਲੀ ਇਨਕਮ ਆ ਗਈ 480 ਰੁਪਏ। ਅੰਮ੍ਰਿਤਸਰ ਦਾ ਕੋਈ ਮੁੰਡਾ ਸੀ, ਉਹਨੇ ਮੇਰੇ ਤੋਂ ਡਾਇਟ ਪਲਾਨ ਲਿਆ ਸੀਗਾ ਵੇਟ ਗੇਨ ਦਾ। ਸੋ 480 ਰੁਪਏ ਦੇਖ ਕੇ ਹੀ ਮੈਨੂੰ ਬਹੁਤ ਹੌਸਲਾ ਹੋ ਗਿਆ ਤੇ ਮੈਂ ਕੰਮ ਹੋਰ ਜ਼ੋਰਾਂ 'ਤੇ ਸ਼ੁਰੂ ਕਰਤਾ। ਮੈਨੂੰ ਬਹੁਤ ਲੋਕਾਂ ਨੇ ਉਦੋਂ ਆਲੇ ਦੁਆਲੇ ਦੇ ਮੇਰੇ 'ਤੇ ਹੱਸਦੇ ਵੀ ਹੁੰਦੇ ਸੀਗੇ ਵੀ ਕੀ ਕਰੀ ਜਾਂਦਾ ਵਾ, ਇੰਸਟਾਗ੍ਰਾਮ 'ਤੇ ਵੀਡੀਓ ਪਾਈ ਜਾਂਦਾ, ਐਂ ਕਿਹਦੀਆਂ ਰੀਲਾਂ ਚੱਲ ਜਾਂਦੀਆਂ। ਪਰ ਮੈਂ ਉਹਨਾਂ ਲੋਕਾਂ ਦੇ ਨਾਲੋਂ ਆਪਦੇ ਪਰਿਵਾਰ ਵੱਲ ਜਦੋਂ ਦੇਖਦਾ ਸੀ ਤਾਂ ਮੈਨੂੰ ਆਹ ਚੀਜ਼ਾਂ ਬਹੁਤ ਛੋਟੀਆਂ ਲੱਗਦੀਆਂ ਸੀਗੀਆਂ। ਤੇ ਇੱਦਾਂ ਹੀ ਕਰਦੇ ਕਰਦੇ ਮੇਰਾ ਕੰਮ ਚੱਲੀ ਗਿਆ। ਪਹਿਲੇ ਮਹੀਨੇ ਮੈਂ ਉਹ ਤੋਂ 1200 ਰੁਪਏ ਦੀ ਇਨਕਮ ਜਨਰੇਟ ਕੀਤੀ, ਦੂਜੇ ਮਹੀਨੇ ਉਹ 6000 ਦੀ ਹੋ ਗਈ ਤੇ ਤੀਜੇ ਮਹੀਨੇ 18000 ਦੀ। ਇੱਦਾਂ ਹੀ ਜਿਵੇਂ ਮੈਨੂੰ ਇਨਕਮ ਜਨਰੇਟ ਹੁੰਦੀ ਗਈ ਔਨਲਾਈਨ ਟ੍ਰੇਨਿੰਗ ਤੋਂ, ਮੈਂ ਉਵੇਂ ਹੀ ਹੋਰ ਮਿਹਨਤ ਕਰਨ ਲੱਗ ਗਿਆ ਤੇ ਫਿਰ ਇੱਦਾਂ ਹੀ ਮੇਰਾ ਕੰਮ ਵੱਧਦਾ ਗਿਆ। ਮੈਨੂੰ ਹੋਰ ਕੰਮ ਆਉਣ ਲੱਗ ਗਿਆ, ਲੋਕੀ ਮੇਰੇ ਤੋਂ ਸਲਾਹ ਲੈਣ ਲੱਗ ਗਏ, ਮੇਰੇ ਤੋਂ ਔਨਲਾਈਨ ਟ੍ਰੇਨਿੰਗ ਲੈਣ ਲੱਗ ਗਏ। ਬਾਹਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੋਂ ਵੀ ਮੈਨੂੰ ਬਹੁਤ ਕਲਾਇੰਟ ਜੁੜੇ ਤੇ ਸਪੋਂਸਰਸ਼ਿਪ ਐਡਾਂ ਵੀ ਆਉਣ ਲੱਗ ਗਈਆਂ, ਪ੍ਰਮੋਸ਼ਨਾਂ ਜਿਹੜੀਆਂ ਹੁੰਦੀਆਂ ਵਾ। ਸੋ ਇਨਕਮ ਵੀ ਵਧੀਆ ਜਨਰੇਟ ਹੋਣ ਲੱਗ ਗਈ ਤੇ ਮੈਂ ਫੇਮਸ ਵੀ ਹੋਣ ਲੱਗ ਗਿਆ, ਮੇਰੀ ਵੀਡੀਓ ਪੰਜਾਬ ਦੇ ਬਹੁਤ ਲੋਕਾਂ ਤੱਕ ਪਹੁੰਚੀ। ਤੇ ਫਿਰ ਜਿਹੜੇ ਲੋਕ ਮੈਨੂੰ ਕਿਸੇ ਟਾਈਮ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਲੜਾਈਆਂ ਝਗੜੇ ਕਰਦਾ ਵਾ, ਚਿੱਟਾ ਲਾਉਂਦਾ ਵਾ, ਇਹ ਤੋਂ ਦੂਰ ਰਹੋ, ਜੇ ਮੇਰੇ ਕੋਲ ਕੋਈ ਜਵਾਕ ਖੜ ਜਾਂਦਾ ਸੀ ਤਾਂ ਉਹਨੂੰ ਘਰੇ ਗਾਲਾਂ ਪੈਂਦੀਆਂ ਸੀਗੀਆਂ ਵੀ ਇਹਦੇ ਕੋਲ ਨਾ ਖੜੋ, ਵੀ ਇਹ ਤਾਂ ਚਿੱਟਾ ਲਾਉਂਦਾ, ਵੀ ਤੁਹਾਨੂੰ ਵੀ ਲਾ ਦੂ। ਉਹੀ ਲੋਕ ਮੇਰੇ ਘਰੇ ਆਉਂਦੇ ਸੀਗੇ ਵੀ ਸਾਡੇ ਮੁੰਡੇ ਨੇ ਜਿੰਮ ਲੱਗਣਾ, ਸਾਡਾ ਮੁੰਡਾ ਪਤਲਾ ਬਹੁਤ ਆ, ਵੀ ਕੀ ਖਾਵੇ, ਜਾਂ ਤੂੰ ਇਹਨੂੰ ਨਾਲ ਜਿੰਮ ਲੈ ਜਾ ਕਰੇਗਾ, ਜਾਂ ਫਿਰ ਸਾਡੀ ਕੁੜੀ ਨੂੰ ਆਹ ਪ੍ਰੋਬਲਮ ਆ, ਕੁੜੀ ਦਾ ਵੇਟ ਜ਼ਿਆਦੇ ਆ, ਕਿਵੇਂ ਡਾਇਟ ਨਾਲ ਅਸੀਂ ਕਢਾਈਏ। ਸੋ ਜਿਹੜੇ ਦੂਰ ਸੀਗੇ ਉਸ ਟਾਈਮ, ਮਤਲਬ ਉਹ ਵੀ ਆਪਦੇ ਬਣਨ ਲੱਗ ਗਏ। ਤੇ ਹੁਣ ਤੱਕ ਮੈਂ 750 ਤੋਂ ਜ਼ਿਆਦਾ ਬੰਦੇ ਆ ਜਿਨ੍ਹਾਂ ਦਾ ਵੇਟ ਲੂਜ਼ ਕਰਾਤਾ ਜਾਂ ਫਿਰ ਗੇਨ ਕਰਾਤਾ, ਮਸਲ ਗੇਨ ਕਰਾਤਾ, ਫੈਟ ਲੋਸ ਕਰਾਤੀ। ਤੇ ਜਿੰਨੀ ਕੁ ਮੇਰੀ ਤਨਖਾਹ ਸੀਗੀ ਕੰਪਨੀ 'ਚ, ਉਹ ਤੋਂ ਦੁੱਗਣੇ ਮੈਂ ਹੁਣ ਸਿਰਫ ਇੱਕ ਰੀਲ ਪੋਸਟ ਕਰਨ ਦੇ ਚਾਰਜ ਕਰਦਾ ਵਾਂ। ਸੋ ਇਹ ਤਾਂ ਸੀਗੀ ਮੇਰੀ ਲਾਈਫ ਦੀ ਸਟੋਰੀ ਕਿ ਮੈਨੂੰ ਇੰਸਟਾਗ੍ਰਾਮ ਨੇ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਪਹੁੰਚਾਤਾ। ਸੋ ਆਪਾਂ ਵੀ ਜੇ ਜ਼ਿਆਦਾ ਕੋਸ਼ਿਸ਼ ਕਰੀਏ ਕਿ ਰੀਲਾਂ ਸਕਰੋਲ ਕਰਨ ਨਾਲੋਂ ਆਪਦਾ ਟਾਈਮ ਕਿਸੇ ਵਧੀਆ ਚੀਜ਼ 'ਚ ਦਈਏ, ਕਿਉਂਕਿ ਸੋਸ਼ਲ ਮੀਡੀਆ ਦੀ ਪਾਵਰ ਬਹੁਤ ਹੈ, ਇਹ ਤਾਂ ਮੈਨੂੰ ਪਤਾ ਲੱਗ ਗਿਆ। ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਇਹਨਾਂ ਤੋਂ ਬੰਦਾ ਜ਼ੀਰੋ ਤੋਂ ਹੀਰੋ ਬਣ ਸਕਦਾ ਵਾ। ਸੋ ਤੁਸੀਂ ਵੀ ਇਹਦਾ ਵਧੀਆ ਇਸਤੇਮਾਲ ਕਰੋ, ਟਾਈਮ ਖਰਾਬ ਕਰਨ ਨਾਲੋਂ ਇਹਨਾਂ ਚੀਜ਼ਾਂ ਦਾ ਚੰਗੇ ਪਾਸੇ ਇਸਤੇਮਾਲ ਕਰੋ ਅਤੇ ਕੁਛ ਵਿੱਚੋਂ ਇਹਦੇ ਕੱਢੋ, ਬਣੋ ਕੁਛ। ਬਾਕੀ ਜ਼ਿੰਦਗੀ ਆ, ਇਹ ਤਾਂ ਚੱਲਦੀ ਹੋਈ ਰਹਿਣੀ ਆ। ਜੇ ਪ੍ਰੋਬਲਮਸ ਆਉਣੋਂ ਹਟ ਗਈਆਂ ਮਤਲਬ ਜ਼ਿੰਦਗੀ ਖਤਮ ਆ। ਮੈਂ ਤਾਂ ਹੁਣ ਐਕਸੈਪਟ ਹੀ ਕਰ ਲਿਆ ਕਿ ਜੇ ਜ਼ਿੰਦਗੀ ਚੱਲਣੀ ਆ ਤਾਂ ਪ੍ਰੋਬਲਮਸ ਆਉਂਦੀਆਂ ਹੀ ਰਹਿਣੀਆਂ ਵਾ, ਜੇ ਨਹੀਂ ਆਉਂਦੀ ਤਾਂ ਮੈਨੂੰ ਅੰਦਰੋਂ ਐਂ ਲੱਗਦਾ ਕਿ ਕੁਛ ਗਲਤ ਚੱਲ ਰਿਹਾ ਵਾ। ਸੋ ਤਗੜੇ ਰਹੋ, ਬਾਕੀ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।